ਭਾਜਪਾ ਆਗੂ ਤਰਸੇਮ ਸਿੰਘ ਭੋਲਾ ਦੀ ਅਗਵਾਈ ਹੇਠ ਅੰਮ੍ਰਿਤਸਰ ਸ਼ਹਿਰ ਦੀਆਂ ਸਲਮ ਬਸਤੀਆਂ ਮਕਬੂਲਪੁਰਾ ਆਦਿ ਇਲਾਕਿਆਂ ਵਿੱਚ ਗਰੀਬ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਪ੍ਰਤੀ ਇੱਕ ਮੰਗ ਪੱਤਰ ADC ਸੁਭਾਸ਼ ਚੰਦਰ ਨੂੰ ਦਿੱਤਾ ਗਿਆ। ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰਾਂ ਗਰੀਬਾਂ ਨੂੰ ਵੋਟਾਂ ਵੇਲੇ ਹੌਸਲਾ ਤਾਂ ਦੇ ਦਿੰਦੀ ਹੈ ਪਰ ਗਰੀਬਾਂ ਨੂੰ ਸਮੇਂ ਸਿਰ ਸਹੂਲਤਾਂ ਨਹੀਂ ਦਿੰਦੀ। ਉਹਨਾਂ ਨੇ ਆਖਿਆ ਕਿ ਅੱਜ ਅਸੀਂ ਉਹਨਾਂ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਹੀ ADC ਨੂੰ ਮੰਗ ਪੱਤਰ ਦਿੱਤਾ ਹੈ ਜਿਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੀਆਂ ਸਕੀਮਾਂ ਮੁਤਾਬਿਕ ਸਹੂਲਤਾਂ ਨਹੀਂ ਮਿਲ ਰਹੀਆਂ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ 27 ਅਕਤੂਬਰ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 30 ਅਕਤੂਬਰ ਨੂੰ ਭੰਡਾਰੀ ਪੁਲ ਤੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਅੱਜ ਅਸੀਂ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਲੈ ਕੇ ਆਏ ਹਾਂ ਕਿ ਜਿਹੜੇ ਕਿ ਸਰਕਾਰ ਦੀਆਂ ਜ਼ਮੀਨਾਂ 'ਤੇ ਪਾਕਿਸਤਾਨ ਤੋਂ ਵੇਲੇ ਤੋਂ ਆ ਕੇ ਬੈਠੇ ਹੋਏ ਆ ਉਹਨਾਂ ਦੇ ਪਿਓ ਦਾਦੇ ਪੜਦਾਦੇ। ਅਸੀਂ ਉਹਨਾਂ ਨੂੰ ਹੱਕ ਦਿਵਾਉਣਾ ਜਿਹੜਾ ਸਰਕਾਰ ਪੰਜਾਬ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਆਇਆ ਸੀ ਕਿ ਜਿਹੜੇ ਲੋਕਾਂ ਦੇ ਨੀਲੇ ਕਾਰਡ ਚੰਗੇ ਘਰਾਂ ਦੇ ਬਣੇ ਆ ਉਹ ਕੱਟੇ ਜਾਣ, ਜਿਹੜੇ ਕਿ ਗਰੀਬ ਲੋਕ ਆ ਜਿਨ੍ਹਾਂ ਨੂੰ ਅਸੀਂ ਪਹਿਲੇ ਹੀ ਸਰਕਾਰ ਨੇ ਮੰਗਤਿਆਂ ਬਣਾਇਆ ਉਹਨਾਂ ਦੇ ਜਿਹੜੇ ਕਾਰਡ ਆ ਉਹ ਤਾਂ ਰਹਿਣ ਦੇਣੇ ਚਾਹੀਦੇ। ਜਿਨ੍ਹਾਂ ਨੂੰ ਨੌਕਰੀ ਦੇਣੀ ਸੀ ਨੌਕਰੀ ਤਾਂ ਦਿੱਤੀ ਨਹੀਂ ਗਈ, ਕਾਰਡ ਵੀ ਕੱਟੀ ਜਾ ਰਿਹਾ। ਸਾਡੀ ਜਿਹੜੀ ਮੰਗ ਆ ਸਰਕਾਰ ਕੋਲ ਕਿ ਇਹ ਜਿਹੜੇ ਆ ਕਾਰਡ ਲੋਕਾਂ ਦੇ ਨਾਂ ਕੱਟੇ ਜਾਣ ਕਰਨ। ਅਗਰ ਸਾਡੀ ਇਹ ਮੰਗ ਆ ਬਹੁਜਨ ਸਮਾਜ ਪਾਰਟੀ ਦੀ, ਅਗਰ ਜੇ ਹੋਰ ਵੀ ਕਈ ਮੰਗਾਂ ਦੇ ਸੰਬੰਧ ਵਿੱਚ ਅਸੀਂ ਮੰਗ ਪੱਤਰ ਦਿੱਤੇ ਹੋਏ ਆ, ਅਗਰ ਜੇ 27 ਤਰੀਕ ਤੱਕ ਨਾ ਮੰਗਾਂ ਕੀਤੀਆਂ ਗਈਆਂ ਅਤੇ 30 ਤਰੀਕ ਨੂੰ ਭੰਡਾਰੀ ਪੁਲ ਦਾ ਚੱਕਾ ਜਾਮ ਕਰਾਂਗੇ ਜਿਸ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਏਗੀ।